ਇਹ ਬਿਲਕੁਲ ਆਪਾਂ ਭਾਰਤ ਪਾਕਿਸਤਾਨ ਬਾਰਡਰ ਦੇ ਕੰਢੇ ਦੇ ਸੂਫੀਆ ਪਿੰਡ ਅਜਨਾਲੇ ਹਲਕੇ ਦੇ ਵਿੱਚ ਉੱਥੇ ਖੜ੍ਹੇ ਹਾਂ। ਅੱਜ ਸਾਡਾ ਬੱਚਾ, ਛੋਟਾ ਜਿਹਾ ਬੱਚਾ, ਚਾਰ ਬੱਚੇ ਪੰਜਾਬ ਦੇ ਅੱਜ ਫਲਾਇੰਗ ਅਫਸਰ ਜਿਹੜੇ ਸਿਲੈਕਟ ਹੋਏ ਆ ਏਅਰਫੋਰਸ ਦੇ ਵਿੱਚ, ਉਹਨਾਂ 'ਚ ਇੱਕ ਸਾਡਾ ਪੁੱਤਰ ਸਿਲੈਕਟ ਹੋਇਆ ਇਸ ਪਿੰਡ ਦੇ ਸੂਫੀਆਂ ਦੇ ਮੌਜੂਦਾ ਸਰਪੰਚ ਸਾਹਿਬ ਦਾ ਬੇਟਾ। ਸੋ ਮੈਂ ਇਹਨੂੰ ਵਧਾਈ ਦਿੱਤੀ ਹੈ, ਉਹਦੇ ਨੂੰ ਕਿਹਾ ਕਿ ਸਰਕਾਰ ਵੱਲੋਂ ਕਿਸੇ ਕਿਸਮ ਦੀ ਲੋੜ ਹੋਵੇ, ਕਿਸੇ ਕਿਸਮ ਦੀ ਹੈਲਪ ਦੀ ਲੋੜ ਹੋਵੇ ਤਾਂ ਇਹਦੀ ਹੈਲਪ ਕਰਾਂਗੇ। ਬਹੁਤ ਮਨ ਖੁਸ਼ ਹੋ ਲੱਗਦਾ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ, ਸੇਧ ਲੈਣੀ ਚਾਹੀਦੀ ਹੈ। ਬਿਲਕੁਲ, ਦੇਖੋ ਸਿੱਖੀ ਸੂਬ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਕੁੜੀਆਂ ਮੁੰਡੇ ਆ, ਸਭ ਨੂੰ ਮਿਹਨਤ ਕਰਨੀ ਚਾਹੀਦੀ ਆ, ਇੱਥੇ ਹੀ ਸਾਰਾ ਕੁਝ ਮਿਲ ਜੂ, ਐਵੇਂ ਬਾਹਰ ਭੱਜਣ ਦੀ ਕੋਈ ਲੋੜ ਨਹੀਂ। ਆਰਾਮ ਨਾਲ ਇੱਥੇ ਪੜ੍ਹੋ, ਦੇਖੋ ਆਪਣੇ ਕਿੰਨੇ ਕੁੜੀਆਂ ਮੁੰਡੇ ਅੱਜ ਕੱਲ੍ਹ ਸਿਲੈਕਟ ਹੋ ਰਹੇ ਆ। ਜੇ ਇੱਦਾਂ ਦੇ ਬੱਚੇ ਬਾਰਡਰ ਦੇ ਉੱਤੇ ਬੈਠੇ ਸਿਲੈਕਟ ਹੋ ਸਕਦੇ ਤਾਂ ਦੂਜੇ ਕਿਉਂ ਨਹੀਂ ਹੋ ਸਕਦੇ? ਸੋ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ, ਪੜ੍ਹਾਈ ਕਰਨੀ ਚਾਹੀਦੀ ਆ, ਮਿਹਨਤ ਕਰਕੇ ਆਪਣੇ ਟੈਸਟ ਦੇਣੇ ਚਾਹੀਦੇ ਆ, ਇੱਦਾਂ ਉਹ ਵੀ ਸਿਲੈਕਟ ਹੋਣਗੇ, ਉਹਨਾਂ ਨੂੰ ਜੋਬਾਂ ਮਿਲ ਗਿਆ। ਪੰਜਾਬ ਦੇ ਵਿੱਚ ਵੀ ਮਾਨ ਸਾਹਿਬ ਦੀ ਸਰਕਾਰ ਹਰ ਪੜ੍ਹੇ ਲਿਖੇ ਨੂੰ ਜਿਹੜਾ ਵੀ ਕੋਈ ਟੈਸਟ ਕਲੀਅਰ ਕਰ ਦਿੰਦਾ ਬਿਨਾਂ ਕਿਸੇ ਸਿਫਾਰਸ਼ ਤੋਂ, ਬਿਨਾਂ ਕਿਸੇ ਪੈਸੇ ਤੋਂ, ਪਰ ਇਹ ਵੀ ਬੱਚਾ ਬਿਨਾਂ ਪੈਸੇ ਤੋਂ ਬਿਨਾਂ ਕਿਸੇ ਸਿਫਾਰਸ਼ ਤੋਂ ਆਪਣੀ ਮਿਹਨਤ ਦੇ ਨਾਲ ਸਿਲੈਕਟ ਹੋ। ਇਸ ਕਰਕੇ ਸਭ ਨੂੰ ਇਹਦੇ ਤੋਂ ਸਿੱਖਣਾ ਚਾਹੀਦਾ ਆਪਣੇ ਬੱਚੇ। ਇਹ ਬਿਲਕੁਲ ਆਪਾਂ ਭਾਰਤ ਪਾਕਿਸਤਾਨ ਬਾਰਡਰ ਦੇ ਕੰਢੇ ਦੇ ਸੂਫੀਆ ਪਿੰਡ ਅਜਨਾਲੇ ਹਲਕੇ ਦੇ ਵਿੱਚ ਉੱਥੇ ਖੜ੍ਹੇ ਹਾਂ। ਅੱਜ ਸਾਡਾ ਬੱਚਾ, ਛੋਟਾ ਜਿਹਾ ਬੱਚਾ, ਚਾਰ ਬੱਚੇ ਪੰਜਾਬ ਦੇ ਅੱਜ ਫਲਾਇੰਗ ਅਫਸਰ ਜਿਹੜੇ ਸਿਲੈਕਟ ਹੋਏ ਆ ਏਅਰਫੋਰਸ ਦੇ ਵਿੱਚ, ਉਹਨਾਂ 'ਚ ਇੱਕ ਸਾਡਾ ਪੁੱਤਰ ਸਿਲੈਕਟ ਹੋਇਆ ਇਸ ਪਿੰਡ ਦੇ ਸੂਫੀਆਂ ਦੇ ਮੌਜੂਦਾ ਸਰਪੰਚ ਸਾਹਿਬ ਦਾ ਬੇਟਾ। ਸੋ ਮੈਂ ਇਹਨੂੰ ਵਧਾਈ ਦਿੱਤੀ ਹੈ, ਉਹਦੇ ਨੂੰ ਕਿਹਾ ਕਿ ਸਰਕਾਰ ਵੱਲੋਂ ਕਿਸੇ ਕਿਸਮ ਦੀ ਲੋੜ ਹੋਵੇ, ਕਿਸੇ ਕਿਸਮ ਦੀ ਹੈਲਪ ਦੀ ਲੋੜ ਹੋਵੇ ਤਾਂ ਇਹਦੀ ਹੈਲਪ ਕਰਾਂਗੇ। ਬਹੁਤ ਮਨ ਖੁਸ਼ ਹੋ ਲੱਗਦਾ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ, ਸੇਧ ਲੈਣੀ ਚਾਹੀਦੀ ਹੈ। ਬਿਲਕੁਲ, ਦੇਖੋ ਸਿੱਖੀ ਸੂਬ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਕੁੜੀਆਂ ਮੁੰਡੇ ਆ, ਸਭ ਨੂੰ ਮਿਹਨਤ ਕਰਨੀ ਚਾਹੀਦੀ ਆ, ਇੱਥੇ ਹੀ ਸਾਰਾ ਕੁਝ ਮਿਲ ਜੂ, ਐਵੇਂ ਬਾਹਰ ਭੱਜਣ ਦੀ ਕੋਈ ਲੋੜ ਨਹੀਂ। ਆਰਾਮ ਨਾਲ ਇੱਥੇ ਪੜ੍ਹੋ, ਦੇਖੋ ਆਪਣੇ ਕਿੰਨੇ ਕੁੜੀਆਂ ਮੁੰਡੇ ਅੱਜ ਕੱਲ੍ਹ ਸਿਲੈਕਟ ਹੋ ਰਹੇ ਆ। ਜੇ ਇੱਦਾਂ ਦੇ ਬੱਚੇ ਬਾਰਡਰ ਦੇ ਉੱਤੇ ਬੈਠੇ ਸਿਲੈਕਟ ਹੋ ਸਕਦੇ ਤਾਂ ਦੂਜੇ ਕਿਉਂ ਨਹੀਂ ਹੋ ਸਕਦੇ? ਸੋ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ, ਪੜ੍ਹਾਈ ਕਰਨੀ ਚਾਹੀਦੀ ਆ, ਮਿਹਨਤ ਕਰਕੇ ਆਪਣੇ ਟੈਸਟ ਦੇਣੇ ਚਾਹੀਦੇ ਆ, ਇੱਦਾਂ ਉਹ ਵੀ ਸਿਲੈਕਟ ਹੋਣਗੇ, ਉਹਨਾਂ ਨੂੰ ਜੋਬਾਂ ਮਿਲ ਗਿਆ। ਪੰਜਾਬ ਦੇ ਵਿੱਚ ਵੀ ਮਾਨ ਸਾਹਿਬ ਦੀ ਸਰਕਾਰ ਹਰ ਪੜ੍ਹੇ ਲਿਖੇ ਨੂੰ ਜਿਹੜਾ ਵੀ ਕੋਈ ਟੈਸਟ ਕਲੀਅਰ ਕਰ ਦਿੰਦਾ ਬਿਨਾਂ ਕਿਸੇ ਸਿਫਾਰਸ਼ ਤੋਂ, ਬਿਨਾਂ ਕਿਸੇ ਪੈਸੇ ਤੋਂ, ਪਰ ਇਹ ਵੀ ਬੱਚਾ ਬਿਨਾਂ ਪੈਸੇ ਤੋਂ ਬਿਨਾਂ ਕਿਸੇ ਸਿਫਾਰਸ਼ ਤੋਂ ਆਪਣੀ ਮਿਹਨਤ ਦੇ ਨਾਲ ਸਿਲੈਕਟ ਹੋ। ਇਸ ਕਰਕੇ ਸਭ ਨੂੰ ਇਹਦੇ ਤੋਂ ਸਿੱਖਣਾ ਚਾਹੀਦਾ ਆਪਣੇ ਬੱਚੇ। ਇਹ ਬਿਲਕੁਲ ਆਪਾਂ ਭਾਰਤ ਪਾਕਿਸਤਾਨ ਬਾਰਡਰ ਦੇ ਕੰਢੇ ਦੇ ਸੂਫੀਆ ਪਿੰਡ ਅਜਨਾਲੇ ਹਲਕੇ ਦੇ ਵਿੱਚ ਉੱਥੇ ਖੜ੍ਹੇ ਹਾਂ। ਅੱਜ ਸਾਡਾ ਬੱਚਾ, ਛੋਟਾ ਜਿਹਾ ਬੱਚਾ, ਚਾਰ ਬੱਚੇ ਪੰਜਾਬ ਦੇ ਅੱਜ ਫਲਾਇੰਗ ਅਫਸਰ ਜਿਹੜੇ ਸਿਲੈਕਟ ਹੋਏ ਆ ਏਅਰਫੋਰਸ ਦੇ ਵਿੱਚ, ਉਹਨਾਂ 'ਚ ਇੱਕ ਸਾਡਾ ਪੁੱਤਰ ਸਿਲੈਕਟ ਹੋਇਆ ਇਸ ਪਿੰਡ ਦੇ ਸੂਫੀਆਂ ਦੇ ਮੌਜੂਦਾ ਸਰਪੰਚ ਸਾਹਿਬ ਦਾ ਬੇਟਾ। ਸੋ ਮੈਂ ਇਹਨੂੰ ਵਧਾਈ ਦਿੱਤੀ ਹੈ, ਉਹਦੇ ਨੂੰ ਕਿਹਾ ਕਿ ਸਰਕਾਰ ਵੱਲੋਂ ਕਿਸੇ ਕਿਸਮ ਦੀ ਲੋੜ ਹੋਵੇ, ਕਿਸੇ ਕਿਸਮ ਦੀ ਹੈਲਪ ਦੀ ਲੋੜ ਹੋਵੇ ਤਾਂ ਇਹਦੀ ਹੈਲਪ ਕਰਾਂਗੇ। ਬਹੁਤ ਮਨ ਖੁਸ਼ ਹੋ ਲੱਗਦਾ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ, ਸੇਧ ਲੈਣੀ ਚਾਹੀਦੀ ਹੈ। ਬਿਲਕੁਲ, ਦੇਖੋ ਸਿੱਖੀ ਸੂਬ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਕੁੜੀਆਂ ਮੁੰਡੇ ਆ, ਸਭ ਨੂੰ ਮਿਹਨਤ ਕਰਨੀ ਚਾਹੀਦੀ ਆ, ਇੱਥੇ ਹੀ ਸਾਰਾ ਕੁਝ ਮਿਲ ਜੂ, ਐਵੇਂ ਬਾਹਰ ਭੱਜਣ ਦੀ ਕੋਈ ਲੋੜ ਨਹੀਂ। ਆਰਾਮ ਨਾਲ ਇੱਥੇ ਪੜ੍ਹੋ, ਦੇਖੋ ਆਪਣੇ ਕਿੰਨੇ ਕੁੜੀਆਂ ਮੁੰਡੇ ਅੱਜ ਕੱਲ੍ਹ ਸਿਲੈਕਟ ਹੋ ਰਹੇ ਆ। ਜੇ ਇੱਦਾਂ ਦੇ ਬੱਚੇ ਬਾਰਡਰ ਦੇ ਉੱਤੇ ਬੈਠੇ ਸਿਲੈਕਟ ਹੋ ਸਕਦੇ ਤਾਂ ਦੂਜੇ ਕਿਉਂ ਨਹੀਂ ਹੋ ਸਕਦੇ? ਸੋ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ, ਪੜ੍ਹਾਈ ਕਰਨੀ ਚਾਹੀਦੀ ਆ, ਮਿਹਨਤ ਕਰਕੇ ਆਪਣੇ ਟੈਸਟ ਦੇਣੇ ਚਾਹੀਦੇ ਆ, ਇੱਦਾਂ ਉਹ ਵੀ ਸਿਲੈਕਟ ਹੋਣਗੇ, ਉਹਨਾਂ ਨੂੰ ਜੋਬਾਂ ਮਿਲ ਗਿਆ। ਪੰਜਾਬ ਦੇ ਵਿੱਚ ਵੀ ਮਾਨ ਸਾਹਿਬ ਦੀ ਸਰਕਾਰ ਹਰ ਪੜ੍ਹੇ ਲਿਖੇ ਨੂੰ ਜਿਹੜਾ ਵੀ ਕੋਈ ਟੈਸਟ ਕਲੀਅਰ ਕਰ ਦਿੰਦਾ ਬਿਨਾਂ ਕਿਸੇ ਸਿਫਾਰਸ਼ ਤੋਂ, ਬਿਨਾਂ ਕਿਸੇ ਪੈਸੇ ਤੋਂ, ਪਰ ਇਹ ਵੀ ਬੱਚਾ ਬਿਨਾਂ ਪੈਸੇ ਤੋਂ ਬਿਨਾਂ ਕਿਸੇ ਸਿਫਾਰਸ਼ ਤੋਂ ਆਪਣੀ ਮਿਹਨਤ ਦੇ ਨਾਲ ਸਿਲੈਕਟ ਹੋ। ਇਸ ਕਰਕੇ ਸਭ ਨੂੰ ਇਹਦੇ ਤੋਂ ਸਿੱਖਣਾ ਚਾਹੀਦਾ ਆਪਣੇ ਬੱਚੇ।